ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਹਾਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ 10 ਦਿਨਾਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਰਹਿਣਗੇ ਅਰਵਿੰਦਾ ਕੇਜਰੀਵਾਲ ਅੱਜ ਆਉਣ ਦੀ ਤਿਆਰੀ ਆਮ ਆਦਮੀ ਪਾਰਟੀ ਦੇ ਸੁਪਰੀਮਤ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹਿਸ਼ਾਰਪੁਰ ਜ਼ਿਲ੍ਹੇ ਦੇ ਆਨੰਦਗੜ੍ਹ ਪਿੰਡ ਵਿੱਚ ਵਿਪਾਸਨਾ ਕੇਂਦਰ ਦੇ ਵਿੱਚ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਅੱਜ 20 ਦਸੰਬਰ ਨੂੰ ਪੰਜਾਬ ਪਹੁੰਚਣਗੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੀਨੀਅਰ ਅਧਿਕਾਰੀਆਂ ਨੇ ਆਨੰਦਗੜ੍ਹ ਪਿੰਡ ਦਾ ਦੌਰਾ ਕੀਤਾ ਅਤੇ ਜ਼ਿਲ੍ਹੇ ਦੇ ਵਿੱਚ BBIP ਸੁਰੱਖਿਆ ਦੇ ਲਈ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਰਿਕਾਰਡ ਤੇ ਕਿਸੇ ਵੀ ਚੀਜ਼ ਦੀ ਪੋਸਟੀ ਨਹੀਂ ਕੀਤੀ ਅਤੇ ਕਿਹਾ ਕਿ ਉਹ ਸਪਸ਼ਟ ਨਹੀਂ ਹਨ ਕਿ ਕੇਜਰੀਵਾਲ ਐਸਾ ਜਗ੍ਹਾ ਤੇ ਪਹੁੰਚੇ ਸਨ ਜਾਂ ਨਹੀਂ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਵੀ ਇਸ ਮੁੱਦੇ ਤੇ ਅਣਜਾਣਤਾ ਪ੍ਰਗਟਾਈਆ ਪੰਜਾਬ ਦੇ ਵਿੱਚ ਆਪ ਸਰਕਾਰ ਦੇ ਵੱਲੋਂ ਵੀ ਕੇਜਰੀਵਾਲ ਦੀ ਮੌਜੂਦਗੀ ਦੀ ਕੋਈ ਪੋਸਟੀ ਨਹੀਂ ਕੀਤੀ ਗਈ ਕੋਰੋਨਾ ਨੂੰ ਲੈ ਕੇ ਉੱਚ ਪੱਧਰੀ ਬੈਠਕ ਸਾਰੇ ਰਾਜਾਂ ਨੂੰ ਅਲਰਟ ਜਾਰੀ ਦੇਖਦ ਵਿੱਚ ਬਾਦੇ ਕਰੋਨਾ ਮਾਮਲਿਆਂ ਦੇ ਦਰਮਿਆਨ ਵੱਧ ਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੋਕਾ ਮੰਡਪਿਆ ਦੀ ਅਗਵਾਈ ਦੇ ਵਿੱਚ ਉੱਚਾ ਪੱਧਰੀ ਬੈਠਕ ਹੋਈ ਇਸ ਮੀਟਿੰਗ ਦੇ ਵਿੱਚ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਦੇ ਨਾਲ ਨਾਲ ਸੁਭਾ ਸਕੱਤਰ ਵੀ ਮੌਜੂਦ ਸਨ ਤੇ ਹਧਰਾਂ ਸਾਰੇ ਰਾਜਾਂ ਨੂੰ ਅਲਰਟ ਤੇ ਰਹਿਣ ਲਈ ਕਿਹਾ ਗਿਆ ਹੈ ਸਮੀਖਿਆ ਬੈਠਕ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਸਾਨੂੰ ਸਾਵਧਾਨ ਰਹਿਣ ਦੇ ਲੋੜਾ ਪਰ ਘਬਰਾਉਣ ਦੇ ਲੋੜਾ ਨਹੀਂ ਹੈ ਮੀਟਿੰਗ ਦੇ ਵਿੱਚ ਆ ਉਹਨਾਂ ਨੇ ਸਾਰੇ ਰਾਜਾਂ ਨੂੰ ਹਦਾਇਤਾਂ ਕੀਤੇ ਆ ਕਿ ਹਰ ਉਹ ਹਰ 3 ਮਿੰਟ ਵਿੱਚ ਇੱਕ ਵਾਰ ਸਾਰੇ ਹਸਪਤਾਲਾਂ ਵਿੱਚ ਮੌਕ ਡ੍ਰੈਲ ਕਰਵਾਉਣਾ ਉਹਨਾਂ ਕੇਂਦਰ ਦੇ ਵੱਲੋਂ ਰਾਜਾਂ ਨੂੰ ਪੂਰੀ ਮਦਦ ਦਾ ਪੂਰਾ ਵਚਨਤਾ ਮੀਟਿੰਗ ਦੇ ਵਿੱਚ ਅਸਾਮ ਉਰਨਾਚਲ ਦਿੱਲੀ ਹਰਿਆਣਾ ਹਿਮਾਚਲ ਪੰਜਾਬ ਉੱਤਰ ਪ੍ਰਦੇਸ਼ ਉੱਤਰਾਖੰਡ ਚਾਰਖੰਡਾ 오ਡੀਸਾ ਗੋਆ ਪੌਂਡਿਚੇਰੀ ਤੇਲਗਾਨਾ ਕਰਨਾਟਕ ਮਣੀਪੁਰ ਕੇਰਲਾ ਸਮੇਤ ਹੋਰਾਂ ਰਾਜਾਂ ਦੇ ਸਿਹਤ ਮੰਤਰੀਆਂ ਨੇ ਸਮੂਲੀਅਤ ਕੀਤੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੈਨੇਡਾ ਦੰਗਾਈਆਂ ਸੜਕਾਂ ਤੇ ਮੋੜਾਂ ਖਾਲਸਤਾਨੀਆਂ ਦਾ ਐਕਸ਼ਨ ਤਿਰੰਗੇ ਨੂੰ ਲਾਈ ਅੱਗ ਕੈਨੇਡਾ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿੱਚ ਆ ਭਾਰਤ ਸਰਕਾਰ ਬਰਦ ਪ੍ਰਤੀ ਭਾਰੀ ਰੋਸ ਵਧ ਰਿਹਾ ਤੇ ਖਾਲਸਤਾਨ ਪੱਕੀ ਸਿੱਖ ਭਾਰਤ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਣ ਤੇ ਲੰਘੇ ਦਿਨ ਬੈਨਕੂਵਰ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਖਾਲਸਤਾਨੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਖਾਲਸਤਾਨੀ ਸਮਰਥਕਾ ਮਾਈਕ ਤੇ ਖਾਲਸਤਾਨ ਦੇ ਝੰਡੇ ਲੈ ਕੇ ਪਹੁੰਚੇ ਐਸ ਪਰਦਰਸ਼ਨ ਦੇ ਵਿਚ ਭਾਰਤੀ ਤਿਰੰਗੇ ਦਾ ਮੋਢਾ ਅਪਮਾਨ ਕੀਤਾ ਗਿਆ ਖਾਲਸਤਾਨੀਆਂ ਨੇ ਤਿਰੰਗੇ ਨੂੰ ਅੱਗ ਲਾ ਦਿੱਤੀ। ਅਹਿਮ ਗੱਲ ਇਹ ਹੈ ਕਿ ਕੈਨੇਡੀਅਨ ਪੁਲਿਸ ਵੀ ਤਿਰੰਗੇ ਨੂੰ ਅੱਗ ਲਾਉਣ ਤੋਂ ਰੋਕਣ ਦੇ ਲਈ ਅੱਗੇ ਨਹੀਂ ਆਈ। ਕੈਨੇਡਾ ਦੇ ਵਿੱਚ ਤਿੰਨ ਦਿਨਾਂ ਦੇ ਵਿਚ ਖਾਲਸਤਾਨੀਆਂ ਦਾ ਇਹ ਦੂਜਾ ਅჯਾਹ ਅਰੋਸ਼ ਪਰਦਰਸ਼ਨ ਹੈ। ਇਨ੍ਹਾਂ ਵਿਰੋਧਾ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਹਜੇ ਵੀ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਕਿ ਭਾਰਤੀ ਜਾਂਚ ਏਜੰਸੀ NIAS ਬਾਰੇ ਚੌਕਸ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੇ ਇੱਕ ਹੋਰ ਬੈਲ ਨੂੰ ਦਿੱਤੇ ਮਨਜ਼ੂਰੀ ਇੱਕ ਸਾਲ ਤੋਂ ਸੀ ਲੰਬਤ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੇ ਆਪਣੇ ਕੋਲ ਪਿਆ ਇੱਕ ਹੋਰ ਬੈਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾਲ ਹੀ ਦੇ ਵਿੱਚ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਬੈਲ 2022 ਨੂੰ ਪਾਸ ਕੀਤਾ ਗਿਆ ਹੈ ਇਹ ਸਿਰਫ ਗਵਰਨਰ ਪੰਜਾਬ ਦੇ ਕੋਲ ਪੈਂਡਿੰਗ ਬੈਲ ਸੀ ਗਵਰਨਰ ਪੰਜਾਬ ਨੇ ਬਾਕੀ ਸਾਰੇ ਬਿੱਲਾਂ ਬਾਰੇ ਫੈਸਲਾ ਲਿਆ ਹੈ ਦੱਸ ਰਿਹਾ ਕਿ ਹਾਲ ਹੀ ਦੇ ਵਿੱਚ ਗਵਰਨਰ ਪੰਜਾਬ ਨੇ ਰਾਸ਼ਟਰਪਤੀ ਦੀ ਸਲਾਹ ਦੇ ਲਈ ਤਿੰਨ ਬੈਲਾ ਭੇਜੇ ਸਨ ਕੈਪਟਨ ਅਮਰਿੰਦਰ ਸਿੰਘ ਨੇ 2020 ਦੇ ਬੈਚ ਬੈਲ ਪਾਸ ਕੀਤਾ ਸੀ ਉਸ ਤੋਂ ਪਹਿਲਾਂ 2006 ਦੇ ਬੈਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਾਈ ਬੈਲਾ ਪਾਸ ਕੀਤਾ ਸੀ ਜਿਸ ਨੂੰ ਅਕਾਲੀ ਸਰਕਾਰ ਨੇ 2007 ਦੇ ਬੈਚ ਰੱਦ ਕਰ ਦਿੱਤਾ ਸੀ 2020 ਦੇ ਬੈਚ ਇਹ ਬੈਲਾ ਪਾਸ ਹੋ ਗਿਆ ਸੀ ਤੇ ਹੁਣ 2022 ਦੇ ਬੈਚ ਆਮ ਆਦਮੀ ਪਾਰਟੀ ਨੇ ਰੱਦ ਕਰ ਦਿੱਤਾ ਪਰ ਬੈਲਾ 2023 ਦੇ ਵਿੱਚ ਆ ਪਾਸ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਠਜੋੜ ਤੇ ਢਿੰਸਾ ਦਾ ਵੱਡਾ ਬਿਆਨ ਪਿਛਲੇ ਕਈ ਦਿਨਾਂ ਤੋਂ ਸਿਆਸੀ ਗਲਿਆਰੇ ਦੇ ਵਿੱਚ ਆ ਅਕਾਲੀ ਦਲ ਬਾਦਲਾ ਤੇ ਆਕਾਲੀ ਦਲ ਸੰਜੋਗਤਾ ਦੇ ਗਠਜੋੜ ਦੀ ਚਰਚਾ ਚੱਲ ਰਹੀ ਆ ਇਹ ਚਰਚਾ ਛਿੜੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਕਾਲੀ ਦਲ ਦੇ ਸਥਾਪਨਾ ਦਿਨ ਮੌਕੇ ਪੰਥ ਤੋਂ ਮਾਫੀ ਨੂੰ ਲੈ ਕੇ ਹੈ ਜਿਸ ਤੇ ਸੀਨਰਾ ਆਗੂ ਅਤੇ ਸਾਬਕਾ ਮੰਤਰੀ ਪਰਮੇਂਦਰ ਸੰਘਾ ਟੇਨਸਾ ਨੇ ਬਿਆਨ ਸਾਹਮਣੇ ਜੱਸ ਨੇ ਸਿਆਸੀ ਹਲਕਨ ਵਿੱਚ ਇਹ ਚਰਚਾ ਛੇੜ ਦਿੱਤੀ ਹੈ ਕਿ ਅਕਾਲੀ ਦਲ ਬਾਦਲਾ ਤੇ ਅਕਾਲੀ ਦਲ ਸੰਜਗਤ ਜਾਲ ਦਾ ਗਠ ਜੋੜਾ ਕਰ ਸਕਦਾ ਹੈ ਪਰ ਉਹਨਾਂ ਨੇ ਇਹ ਵੀ ਕਹਿ ਕੇ ਅਕਾਲੀ ਦਲ ਸੰਜਗਤ ਦੀ 23 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਰਾਜ ਸੀ ਗਠ ਜੋੜਾ ਤੇ ਕਈ ਹੋਰ ਅਹਿਮ ਮੁੱਦਿਆਂ ਤੇ ਚਰਚਾ ਹੋਵੇਗੀ ਪੀ ਇਨਸਾਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬਿਆਦਮੀਆਂ ਦੇ ਦੋਸ਼ੀਆਂ ਨੂੰ ਟਾਕਮੀ ਸਜ਼ਾਵਾ ਨਾ ਦਵਾ ਸਕਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਬੋਲੋਂ ਪੰਥ ਤੋਂ ਮੰਗੀ ਮਾਫੀ ਸਵਾਗਤ ਜੋਗਾ ਜੇਕਰ ਸੁਖਬੀਰ ਇਹ ਮਾਫੀ ਪੰਥ ਤੋਂ ਸਮੇਂ ਦੇ ਨਾਲ ਮੰਗ ਲੈਂਦਾ ਤਾਂ ਅੱਜ ਅਕਾਲੀ ਦਲ ਬਾਦਲ ਦਾ ਇਹ ਹਾਲ ਨਹੀਂ ਹੋਣਾ ਸੀ ਪੀਐਮ ਕੇਵਾਈ ਦਾ ਲਾਭ ਲੈਣ ਵਾਲੇ 202 ਕਿਸਾਨਾਂ ਨੂੰ ਮਿਲਿਆ ਨੋਟਸ ਵਾਪਸ ਕਰਨੇ ਪੈਣਗੇ ਪੈਸੇ ਦੇਦਵਚਕ ਕਿਸਾਨਾਂ ਨੂੰ مالی ਮਦਦ ਤਾਂ ਦੇਣ ਲਈ ਸਰਕਾਰ ਕਈ ਯੋਜਨਾਵਾਂ ਚਲਾਉਂਦੀ ਹੈ ਅਤੇ ਜਿਨ੍ਹਾਂ ਦੇ ਵਿੱਚ ਆ ਪ੍ਰਧਾਨ ਮੰਤਰੀ ਐਂਟਰੀ ਕਿਸਾਨ ਯੋਜਨਾ ਇੱਕ ਪ੍ਰਮੱਖਾ ਸਕੀਮ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੰਦੀ ਹੈ ਤੇ ਇਹ ਪੈਸਾ ਕਿਸਾਨ ਨੂੰ ਤਿੰਨ ਕੈਸ਼ ਤੰਦਰੂਬਾ ਵਿੱਚ ਦਿੱਤਾ ਜਾਂਦਾ ਹੁਣ ਗੈਰ ਕਾਨੂੰਨੀ ਟੰਗ ਦੇ ਨਾਲ ਇਸ ਸਕੀਮ ਦਾ ਲਾਭ ਲੈਣ ਵਾਲੇ ਕਿਸਾਨ ਨੂੰ ਇਹਦਾ ਨਤੀਜਾ ਭੁਗਤਣਾ ਪਵੇਗਾ ਸਰਕਾਰੀ ਹਦਾਇਤਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੇਦੇਜੋ ਇਹਨਾਂ ਦੇ ਤਹਿਤ ਅਜਿਹੇ ਕਿਸਾਨਾਂ ਤੋਂ ਪੈਸੇ ਵਸੂਲਾ ਕੀਤੇ ਜਾ ਰਹੇ ਹਨ ਜੋ ਕਿ ਯੋਗ ਕਿਸਾਨ ਨਹੀਂ ਹਨ। ਉਨ੍ਹਾਂ 202 ਅਯੋਗ ਕਿਸਾਨਾਂ ਤੋਂ ਪੈਸੇ ਵਾਪਸ ਮੰਗਨ ਦੇ ਨੋਟਿਸ ਜਾਰੀ ਹੋਏ ਹਨ। 2023 ਵਿੱਚ ਹੁਣ ਤੱਕ 7032 ਲੋਕਾਂ ਦਾ ਕੈਨੇਡਾ ਤੋਂ ਡਿਪੋਰਟ ਹੋਏ। ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸਖਤੀ ਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ। ਮਾਈਗ੍ਰੈਂਟ ਰਾਇਟਸ ਨੈਟਵਰਕ ਦੇ ਵੱਲੋਂ ਪਿਛਲੇ ਹਫਤੇ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ 2021 ਦੇ ਹੁਕਮ ਪੱਤਰ ਦੇ ਵਿੱਚ ਰੈਗੂਲਰਾਈਜੇਸ਼ਨਾ ਪ੍ਰੋਗਰਾਮ ਦੀ ਮੰਗ ਕਰਨ ਦੇ ਬਾਵਜੂਦ ਦਾ 2023 ਦੇ ਪਹਿਲੇ ਅੱਧ ਵਿੱਚ ਘੱਟੋ-ਘੱਟ 39 ਲੋਕਾਂ ਨੂੰ ਰੋਜ਼ਾਨਾ ਰਿਪੋਰਟ ਕੀਤਾ ਗਿਆ ਸੀ ਪ੍ਰਵਾਸੀ ਅਧਿਕਾਰ ਨੈਟਵਰਕ ਨੇ CBSA ਦੇ ਹਵਾਲੇ ਦੇ ਨਾਲ ਦਾਵਾ ਕੀਤਾ ਹੈ ਕਿ ਕੇਵਲਾ 2023 ਦੇ ਵਿੱਚ ਹੀ ਹੁਣ ਤੱਕ 7032 ਲੋਕਾਂ ਕੈਨੇਡਾ ਤੋਂ ਡਿਪੋਟ ਆ ਕੀਤੇ ਜਾ ਚੁੱਕੇ ਹਨ ਹਰਿਆਣਾ ਦੇ ਵਿੱਚ ਆ ਪੁਚਾਲ ਲੋਕਾਂ ਨੇ ਵਿੱਚ ਆ ਪਈ ਪਾਜੜ ਕੀ ਕੋਈ ਵੱਡਾ ਸੰਕੇਤ ਤੇ ਦੇਰੀ ਹੈ ਧਰਤੀ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹਰਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਅੱਜ ਫਿਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਪੁਚਾਲ ਦਾ ਕੇਂਦਰ ਪਾਣੀਪਾਟਾ ਦੱਸਿਆ ਜਾ ਰਿਹਾ ਬੀਤੇ ਮਹੀਨੇ ਦੇ ਵਿੱਚ ਹਰਿਆਣਾ ਦੇ ਵਿੱਚ ਏ ਪਚਾਲ ਦੂਜੀ ਵਾਰ ਆਇਆ ਹੈ ਉਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਦੀ ਤੀਬਰਤਾ 3.0 ਮਾਪੀ ਗਈ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਲਈ ਹੁਣ ਰਜਿਸਟਰੀ ਕਰਵਾਉਣੀ ਹੋਵੇਗੀ ਆਸਾਨ ਪੰਜਾਬ ਦੇ ਵਿੱਚ ਜਾਇਦਾਦ ਦੇ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਹੁਣ ਪਹਿਲਾ ਨਾਲੋਂ ਸੌਖੀ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਇਸ ਸੰਬੰਧੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਮੀਡੀਆ ਅਨੁਸਾਰ ਰਿਪੋਰਟਾਂ ਦੇ ਮੁਤਾਬਕ ਹੁਣ ਪਾਸਪੋਰਟ ਦੇ ਤਰਜਤੇ ਅਰਿਆਟਰੀਆਂ ਹੋਣਗੀਆਂ ਜਿਸ ਤਰ੍ਹਾਂ ਪਾਸਪੋਰਟ ਬਣਵਾਉਣ ਦੇ ਲਈ ਲੋਕਾਂ ਪਹਿਲਾਂ ਆਨਲਾਈਨ ਅਪਾਇੰਟਮੈਂਟ ਲੈਂਦੇ ਹਨ ਤੇ ਬਾਅਦ ਵਿੱਚ ਇੱਕੋ ਛਾਤਾ ਹੇਠ ਵਕ-ਵਕ ਕਾਊਂਟਰਾਂ ਤੇ ਫੋਟੋਗ੍ਰਾਫ ਕਾਗਜ਼ਾਂ ਦੀ ਚੈਕਿੰਗ ਤੇ ਫੀਸਾਂ ਜਮ੍ਹਾਂ ਹੋ ਜਾਂਦੀਆਂ ਤੇ ਹੁਣ ਉਸੇ ਤਰ੍ਹਾਂ ਜ਼ਾਇਦਾਦ ਦੀ ਰਿਆਟਰੀ ਵੀ ਹੋਵੇਗੀ ਸੂਤਰਾਂ ਦੇ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਹ ਪਾਇਲਟ ਪ੍ਰੋਜੈਕਟ ਮਹਾਲਿਆ ਤੇ ਬਟਿੰਡਾ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਬਕਰੇਤਾ ਤੇ ਖਰੀਦਦਾਰ ਡੀਡਾ ਰਾਈਟਰ ਦੇ ਕੋਲ ਆ ਜਾਂਦੇ ਹਨ ਤੇ ਉਹ ਜਾਇਦਾਦ ਦੇ ਕਾਗਜ਼ਾ ਜਿਵੇਂ ਜ਼ਮੀਨ ਦਾ ਖਸਰਾ ਨੰਬਰ ਸੌਦੇ ਦੀਆਂ ਸ਼ਰਤਾਂ ਗਵਾਹਾਂ ਦੀ ਜਾਣਕਾਰੀ ਸਬੰਧਤ ਇਲਾਕੇ ਦਾ ਕਲੈਕਟਰ ਰੇਟ ਜ਼ਮੀਨ ਦੇ ਖਰੀਦਦਾਰ ਅਤੇ ਬਕਰੀਤਾ ਦੀ ਜਾਣਕਾਰੀ ਸਮੇਤ ਬਾਕੀ ਵਿੰਦਾਂ ਨੂੰ ਦਰਜਾ ਕਰਦਾ ਤੇ ਉਹ ਇਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਦੇਖਦੇ ਹਾਂ ਕਿ ਜਾਇਦਾਦ ਦੇ ਸੌਦੇ ਮੁਤਾਬਕ ਕੰਨੀ ਫੀਸ ਬਣਦੀ ਹੈ ਨਵੇਂ ਸਿਸਟਮ ਦੇ ਨਾਲ ਘਟੇਗਾ ਭ੍ਰਟਾਚਾਰ ਰੀਟਰੀ ਦੇ ਨਵੇਂ ਸਿਸਟਮ ਦੇ ਵਿੱਚ ਆਨਲਾਈਨ ਅਪਾਇੰਟਮੈਂਟ ਲੈਣ ਤੋਂ ਬਾਅਦ ਇੱਕ ਹੀ ਛਤ ਦੇ ਹੇਠਾਂ ਵਾਕਵਾਖਾ ਕਾਊਂਟਰਾਂ ਦੇ ਵਿੱਚੋਂ ਲੰਘਦੇ ਹੋ ਰਿਐਸਟਰੀ ਹੋਵੇਗੀ। ਇਸ ਦੇ ਨਾਲ ਸਾਰੀ ਪ੍ਰਕਿਰਿਆ ਸੌਖੀ ਹੋ ਜਾਵੇਗੀ ਤੇ ਇਸ ਵਿੱਚ ਹਰ ਕੰਮ ਦੇ ਲਈ ਸਮਾਂ ਹੱਦ ਦਾ ਨਿਰਧਾਰਤ ਕਰਨ ਅਤੇ ਫੀਸ ਨੂੰ ਆਨਲਾਈਨ ਜਮ੍ਹਾਂ ਕਰਨ ਤੇ ਵਿਚਾਰ ਕੀਤਾ ਜਾ ਰਿਹਾ। ਇਸ ਦੇ ਨਾਲ ਸਮਾਂ ਘੱਟ ਲੱਗੇਗਾ ਤੇ ਪ੍ਰਹਾਟਾਚਾਰ ਤੇ ਵੀ ਰੋਕ ਲੱਗ ਸਕੇਗੀ। ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਆਪ ਵਿਧਾਇਕ ਦਾ ਛਾਪਾ ਨਾਜਾਇਜ਼ ਵਸੂਲੀ ਕਰਦੇ ਫੜੇ ਕਰਮਚਾਰੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਦੇ ਰਾਏਗੁਰੂ ਨਗਰ ਦੇ ਸਬਜ਼ੀ ਮੰਡੀ ਦੇ ਵਿੱਚ ਅੱਧੀ ਰਾਤ ਛਾਪਾ ਮਾਰਿਆ ਸਬ ਮਾਰਕੀਟਿੰਗਾਂ ਵਿਭਾਗ ਦੇ ਕਰਮਚਾਰੀ ਸਬਜ਼ੀ ਮੰਡੀ ਦੇ ਰੇੜੀ ਫੜੀ ਵਾਲਿਆਂ ਤੋਂ ਨਜਾਇਜ਼ ਪੈਸੇ ਵਸੂਲਦੇ ਹੋਏ ਫੜੇ ਗਏ ਰੇੜੀ ਵਾਲਿਆਂ ਨੇ ਦੱਸਿਆ ਕਿ ਉਹਨਾਂ ਤੋਂ 1 ਸਾਲ ਦੇ ਲਈ 15000 ਰੁਪਏ ਵਸੂਲੇ ਜਾਂਦੇ ਹਨ ਜਦੋਂ ਕਿ ਰਸੀਦ ਸਿਰਫ 3 ਮਹੀਨਿਆਂ ਦੇ ਲਈ ਦਿੱਤੀ ਜਾਂਦੀ ਹੈ ਗੋਗੀ ਨੇ ਸਟੇਟ ਵਕਰੀਤਾ ਨੂੰ ਸਬਜ਼ੀ ਵੇਚਣ ਦੇ ਲਈ ਆਪਣੇ ਬੈਂਚ ਆਖਰੀਦਨ ਦੇ ਲਈ ਕਿਹਾ ਕੋਜਾ ਲੋਕਾਂ ਬੈਂਚ ਕਿਰਾਇਆ ਤੇ ਦੇਣ ਦੀ ਅੜਦ ਵਿੱਚ ਨਜਾਇਜ਼ ਤੌਰ ਤੇ ਜ਼ਬਰਦਸਤੀ ਪੈਸੇ ਕੁਮਾਰੇ ਹੰਤੇ ਰੇੜੀ ਵਾਲਿਆਂ ਨੇ ਦੱਸਿਆ ਹੈ ਕਿ ਜੋ ਵੀ ਉਹ ਲਾਈਟਾਂ ਜਗਾਉਣ ਦੇ ਲਈ ਲੈ ਕੇ ਜਾਂਦੇ ਹਨ ਤੇ ਉਹਨਾਂ ਤੋਂ ਵੀ ਮੋਟੀਆਂ ਰਕਮਾਂ ਲੈਂਦੇ ਹਨ ਤੇ ਗੋਗੀ ਨੇ ਅੱਗੇ ਦੱਸਿਆ ਹੈ ਕਿ ਸਬਜ਼ੀ ਮੰਡੀ ਦੇ ਬੈਂਚ 'ਚ ਜਨ ਤੱਕ ਬਿਜਲੀ ਮੀਟਰ ਲਗਾਇਆ ਜਾਵੇਗਾ ਜਿਹਦਾ ਬੈਲ ਸਾਰੇ ਸਬਜ਼ੀ ਵਿਕਰੇਤਾਵਾਂ ਦੇ ਕੋਲੋਂ ਇਕੱਠਾ ਕਰਕੇ ਜਮ੍ਹਾਂ ਕਰਵਾਇਆ ਜਾਵੇਗਾ ਸਬਜੀ ਵਕਰੀਤਾਮਣ ਖੁਲਾਸਾ ਕੀਤਾ ਕਿ ਵਿਧਾਇਕ ਦੇ ਨਾਂ ਤੇ ਪੈਸੇ ਦੀ ਉਗਰਾਹੀ ਕਰ ਰਿਆ ਹੈ ਗੋਗੀ ਦੇ ਛਾਪੇ ਤੋਂ ਬਾਅਦ ਸਬਜੀ ਵਕਰੀਤਾਮਣ ਨੇ ਖੁਲਾਸਾ ਕੀਤਾ ਕਿ ਨਜਾਇਜ਼ ਵਸੂਲੇ ਕਰਨ ਵਾਲੇ ਤਹਿਬ ਜਾਰੀ ਮੁਲਾਜ਼ਮ ਵਿਧਾਇਕ ਦਾ ਨਾਂ ਖਰਾਬ ਕਰਨ ਤੇ ਹੁਣ ਇਹਨਾਂ ਦੇ ਖਿਲਾਫ ਵਿਧਾਇਕ ਦੇ ਵੱਲੋਂ ਕੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ